दिवाली के मौके से जिला निवासियों को सुरक्षित दिवाली मनाने लिए एडवाइजरी जारी करते हुए सिविल सर्जन फाजिलका डॉक्टर संतीश गोयल ने विशेष गलबात करते हुए चंगा संदेश दिता फाजिलका वासियों को। सुनो तुसी भी की क्या सिविल सर्जन डॉक्टर संतीश गोयल जी ने। जेकर तुसी साडे चैनल ते नवे तो साडे चैनल हुणे सबसक्राइब कर लो तो ऑल बैल आइकन ते क्लिक कर लो। जेकर तुसी फेसबुक पेज ते हो तो फेसबुक पेज नूं फॉलो एंड लाइक जरूर करियो ताकि पंजाब ते देश विदेश दीआं खास खबरां तुहाडे तक पहुंच सकण। सब तों पहलां फाजिलका तों जगदेव सिंह दी विशेष रिपोर्ट। सर प्रोग्राम सेहत संवाद दे विच तुहाडा बहुत बहुत स्वागत जी आयां नूं। सर जिस तरह सेहत विभाग अलग अलग वक् वक् मौकों पर लोगों की सेहत न संबंधित हर तरह के उपराले करता है, हुण जिस तरह एक बहुत वड्डा त्यौहार आ रहा दिवाली का, इस दे विच भी प्रदूषण कह लो या साफ सफाई खाण पीण दीआं चीज़ां का होर दा, इस वास्ते सेहत विभाग वालों सर की उपराले किए गए हैं। सब तो पहला मेरी समूह इलाका निवासियों को ये बेनती है कि जिवें आपां सानूं सारयां नूं पता है जी सर कि दिवाली का जिहड़ा प्रमुख त्यौहार हुण आ रहा है जी, तां इस दौरान कुछ गल्लां साडे सभनां लई ध्यान योग हन। बिल्कुल जी। सब तो पहला मैं जिहड़े इलाका निवासी भैन भरा उन्हां नूं बेनती करदा हां जी कि जिथों तक पटाकियां दा सवाल है जी सर, ਤਾਂ ਇਹਦੇ ਨਾਲ ਉਹ ਪਟਾਕੇ ਚਲਾਏ ਜਾਣ ਜਿਨ੍ਹਾਂ ਦੇ ਵਿੱਚ ਆਵਾਜ਼ ਘੱਟ ਪੈਦਾ ਹੋਵੇ ਔਰ ਧੂੰਆਂ ਘੱਟ ਪੈਦਾ ਹੋਵੇ। ਬਿਲਕੁਲ ਠੀਕ ਹੈ। ਕਿਉਂਕਿ ਜਿਹੜੇ ਵੀ ਪਟਾਕੇ ਧੂੰਆਂ ਪੈਦਾ ਕਰਨਗੇ ਜੀ ਸਰ, ਉਹ ਸਾਡੇ ਵਾਤਾਵਰਨ ਨੂੰ ਅਵਸ਼ ਪ੍ਰਦੂਸ਼ਿਤ ਕਰਨਗੇ ਜੀ, ਔਰ ਜਿਹੜੇ ਸਾਡੇ ਮਰੀਜ਼ ਬਜ਼ੁਰਗ ਬੱਚੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈ, ਦਿਲ ਦੀ ਪ੍ਰੋਬਲਮ ਹੈ ਜੀ, ਜਾਂ ਹੁਣ ਕਰੋਨਾ ਦੇ ਵਿੱਚੋਂ ਰਿਕਵਰ ਹੋਏ ਹੈ ਯੈਸ ਸਰ, ਤਾਂ ਉਹਨਾਂ ਦੇ ਜਿਹੜੇ ਲੰਗਸ ਆ ਉਹ ਕੰਪਰੋਮਾਈਜ਼ਡ ਹੁੰਦੇ ਆ ਜੀ ਸਰ, ਤਾਂ ਉਹਨਾਂ ਨੂੰ ਇਸ ਦੌਰਾਨ ਜਿਹੜੀ ਹੈ ਧੂੰਏ ਤੋਂ ਖਾਸ ਤੌਰ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਔਰ ਜੀ ਸਰ, ਸਰ ਇੱਕ ਚੀਜ਼ ਹੋਰ ਹੈ ਜਿਵੇਂ ਪਟਾਕੇ ਚਲਾਉਣੇ ਵੀ ਹੈ, ਕਈ ਵਾਰੀ ਕੀ ਹੈ ਜਿਵੇਂ ਵੱਡੇ ਤੋਂ ਕੋਲ ਨਹੀਂ ਹੁੰਦੇ, ਬੱਚਿਆਂ ਕੋਲ ਇੰਨੇ ਵੱਡੇ ਵੱਡੇ ਹੁੰਦੇ ਆ ਔਰ ਬੱਚਿਆਂ ਨੂੰ ਤਿਆਰ ਅੱਗ ਵੀ ਲੱਗ ਸਕਦੀ ਹੈ, ਅੱਖਾਂ ਵਿੱਚ ਹੀ ਪੈ ਸਕਦੇ ਆ, ਉਸ ਵਾਸਤੇ ਕੀ ਹਦਾਇਤਾਂ ਹੈ ਆਪਣੇ ਵੱਲੋਂ? ਬਿਲਕੁਲ, ਮੇਰੀ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਹੈ ਜੀ ਕਿ ਜਿਹੜੇ ਬੱਚਿਆਂ ਨੂੰ ਪਟਾਕੇ ਹੈਂਡਲ ਨਾ ਕਰਨ ਦਿਓ ਜੀ, ਉਹਨਾਂ ਨੂੰ ਇਕੱਲਿਆਂ ਨੂੰ ਨਾ ਚਲਾਉਣ ਦਿਓ ਜੀ, ਉਹਦੇ ਨਾਲ ਕੋਈ ਨਾ ਕੋਈ ਸਿਆਣਾ ਵਿਅਕਤੀ ਜਿਹੜਾ ਉਹ ਉਹਨਾਂ ਦੇ ਆਪਣੇ ਸੁਪਰਵੀਜ਼ਨ ਦੇ ਹੇਠ, ਨਿਗਰਾਨੀ ਹੇਠ ਪਟਾਕੇ, ਹਾਂ ਆਪਣੀ ਨਿਗਾਹਦਾਰੀ ਦੇ ਹੇਠ ਉਹ ਪਟਾਕੇ ਚਲਾਏ ਜਾਣ ਜੀ, ਤਾਂ ਜੋ ਜਿਹੜੀ ਹੈ ਕਿਸੇ ਵੀ ਦੁਰਘਟਨਾ ਤੋਂ ਬਚਿਆ ਜਾ ਸਕੇ ਜੀ ਸਰ, ਔਰ ਕੋਈ ਵੀ ਅਣਗਹਿਲੀ ਹੈ ਜਿਹੜੀ ਉਹ ਨਾ ਹੋ। ਸਰ ਇੱਕ ਪਟਾਕੇ ਚਲਾਉਣ ਲੱਗੇ ਇੱਕ ਹੋਰ ਚੀਜ਼ ਦੇਖਣ ਚਾਹੀਏ, ਗਾਈਡਲਾਈਨ ਵੀ ਹੁੰਦੀ ਹੈ ਵੀ ਕੱਪੜੇ ਜਿਹੜੇ ਆ ਉਹ ਸਿੰਥੈਟਿਕ ਆ ਔਰ ਇਸ ਤਰ੍ਹਾਂ ਦੇ ਨਾ ਭਾਜਣਾ ਜਲਦੀ ਪਕੜ ਲਵੇ ਜਾਂ ਜਿਹੜੇ ਖੁੱਲੇ ਹੋਣ ਬਹੁਤ ਜ਼ਿਆਦਾ, ਇਸ ਤਰ੍ਹਾਂ ਦਾ ਕੋਈ ਹੈ? ਇਸ ਦੇ ਵਿੱਚ ਅਸੀਂ ਜਿਹੜੇ ਸੂਤੀ ਕੱਪੜੇ ਪਾਉਣਾ ਹੈ ਜਿਹੜਾ ਜੀ ਸਰ, ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਜੀ, ਔਰ ਸਿੰਥੈਟਿਕ ਰੇਸ਼ਮੀ ਕੱਪੜੇ ਇਹ ਬਿਲਕੁਲ ਨਾ ਪਾਏ ਜਾਣ ਜੀ, ਕਿਉਂਕਿ ਉਹ ਅੱਗ ਜਲਦੀ ਪਕੜਦੇ ਆ ਔਰ ਜਿਹੜਾ ਸੂਤੀ ਕੱਪੜਾ ਹੈ ਉਹਨੂੰ ਜਿਹੜਾ ਅੱਗ ਉਹ ਜਲਦੀ ਨਹੀਂ ਪਕੜਦਾ ਜੀ ਸਰ, ਤਾਂ ਇਸ ਦੇ ਨਾਲ ਜਿਹੜੇ ਹੈ ਖੁੱਲ੍ਹੇ ਕੱਪੜੇ ਵੀ ਪਾਏ ਜਾਣ ਜੀ, ਤਾਂ ਜੋ ਸਰੀਰ ਦੇ ਨਾਲ ਨਾ ਬਿਲਕੁਲ ਵੀ ਸੇਕ ਲੱਗੇ, ਅਗਰ ਕੋਈ ਦੁਰਘਟਨਾ ਹੁੰਦੀ ਵੀ ਹੈ ਜੀ ਸਰ, ਤਾਂ ਸੇਕ ਹੈ ਜਿਹੜਾ ਉਹ ਸਰੀਰ ਤੋਂ ਪਰੇ ਹੀ ਰਹੇ। ਸਰ ਇੱਕ ਚੀਜ਼ ਹੋਰ ਹੈ, ਜਿਵੇਂ ਵੀ ਮੰਨ ਲਓ ਕਿਸੇ ਨੂੰ ਕੋਈ ਦੁਰਘਟਨਾ ਵਾਪਰ ਵੀ ਜਾਂਦੀ ਹੈ ਤਾਂ ਆਪਣੇ ਜ਼ਿਲ੍ਹੇ ਦੇ 3 ਮੁੱਖ ਹਸਪਤਾਲ ਹੈ ਸਰ, ਤੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਿਵਲ ਹਸਪਤਾਲ ਫਾਜ਼ਿਲਕਾ ਜੀ ਸਰ, ਸਿਵਲ ਹਸਪਤਾਲ ਅਬੋਹਰ ਔਰ ਸਿਵਲ ਹਸਪਤਾਲ ਜਲਾਲਾਬਾਦ ਹੈ, ਜੋ ਇੱਥੇ ਰਾਊਂਡ ਦੀ ਕਲੋਕ ਜਿਹੜੀ ਸਾਡੀ ਐਮਰਜੈਂਸੀ ਸੇਵਾ ਉਹ ਚੱਲਦੀ ਹੈ ਜੀ, ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਅਗਰ ਕੋਈ ਅਣਸੁਖਾਵੀਂ ਘਟਨਾ ਹੁੰਦੀ ਵੀ ਹੈ ਤਾਂ ਤੁਰੰਤ ਆਪਣੇ ਨਜ਼ਦੀਕੀ ਹਸਪਤਾਲ ਦੇ ਵਿੱਚ ਬਿਨਾਂ ਕਿਸੇ ਝਿਜਕ ਦੇ ਉੱਥੇ ਪਹੁੰਚੋ ਔਰ ਜਿਹੜੀ ਆਪਣੀ ਇਲਾਜ ਆ ਉਹ ਜਿੰਨਾ ਜਲਦੀ ਸ਼ੁਰੂ ਹੋ ਜਾਵੇ ਉਨਾ ਹੀ ਉਹ ਫਾਇਦੇ 'ਚ ਰਹਿੰਦਾ, ਠੀਕ ਰਹਿੰਦਾ। ਸਰ ਇੱਕ ਚੀਜ਼, ਦਿਵਾਲੀ ਦੇ ਮੌਕੇ 'ਤੇ ਜਿਸ ਤਰ੍ਹਾਂ ਮਿਠਾਈਆਂ ਹੈ ਹੋਰ ਹੈ, ਇਹਨਾਂ 'ਚ ਮਿਲਾਵਟ ਹੈ ਜਾਂ ਰੰਗਾਂ ਦੀ ਇਸ ਤਰ੍ਹਾਂ ਦੀ, ਅਤੇ ਆਪਣੇ ਵੱਲੋਂ ਕਿੰਨਾ ਕੁ ਇਹ ਆਪਣਾ ਉਪਰਾਲਾ ਕੀਤਾ ਗਿਆ ਹੈ ਕਿ ਜ਼ਿਲ੍ਹੇ ਦੇ ਵਿੱਚ ਤਕਰੀਬਨ ਸੈਂਪਲਿੰਗ ਜਿਹੜੀ ਆ ਕਾਫੀ ਹੱਦ ਤੱਕ ਹੋਈ ਹੈ? ਸਰ ਜਿੱਥੋਂ ਤੱਕ ਖਾਣ ਪੀਣ ਦੀਆਂ ਵਸਤਾਂ ਦਾ ਸਵਾਲ ਹੈ ਜੀ, ਉਹ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਜਿਹੜੀ ਹੈ ਸਪੈਸ਼ਲ ਡਰਾਈਵ ਚੱਲੀ ਹੋਈ ਹੈ ਜੀ ਸਰ, ਔਰ ਜਿਹੜੇ ਸਾਡੇ ਫੂਡ ਸੇਫਟੀ ਅਫਸਰ ਹੈ ਔਰ ਸਾਡੇ ਜ਼ਿਲ੍ਹਾ ਸਿਹਤ ਅਫਸਰ ਹੈ ਉਹ ਰੈਗੂਲਰ ਚੈਕਿੰਗ ਕਰਕੇ ਡੇਲੀ ਬੇਸਿਸ 'ਤੇ ਜਿਹੜੇ ਉਹ ਹਰ ਤਰ੍ਹਾਂ ਦੇ ਜਿਹੜੇ ਸੈਂਪਲਿੰਗ ਉਹ ਕਰ ਰਹੇ ਆ, ਉਹਦੇ ਵਿੱਚ ਪ੍ਰਮੁੱਖ ਹਲਵਾਈਆਂ ਦੀਆਂ ਦੁਕਾਨਾਂ ਵੀ ਸ਼ਾਮਿਲ ਹੈ, ਜਿਸ ਤਰ੍ਹਾਂ ਕਿ
ਪਾਕ ਪਟਨੀਆਂ ਦੀ ਹੱਟੀ ਮਸ਼ਹੂਰ ਹੈ ਹਾਂ ਬਿਲਕੁਲ ਸਰ ਔਰ ਬੱਬਰ ਸਵੀਟਸ ਹੈ ਅਬੋਹਰ ਦੇ ਵਿੱਚ ਵੀ ਹੈ ਅਬੋਹਰ ਦੇ ਵਿੱਚ ਵੀ ਹੈ ਸਰ ਇੱਕ ਦੋ ਜਨਤਾ ਵਾਲੇ ਜਾਂ ਹੋਰ ਹਾਂ ਜੀ ਉਹ ਸਾਰੇ ਉਹਨਾਂ ਦੇ ਜਿਹੜੇ ਸੈਂਪਲਿੰਗ ਹੋ ਚੁੱਕੀ ਹੈ ਜੀ ਸਰ ਔਰ ਇਸ ਤੋਂ ਇਲਾਵਾ ਅਗਰ ਕੋਈ ਹੋਰ ਸਾਡੇ ਧਿਆਨ ਚ ਆਉਂਦੀ ਹੈ ਜੀ ਸਰ ਕੋਈ ਵੀ ਕਿਸੇ ਕਿਸਮ ਦੀ ਉਨਤਾਈ ਸਾਡੇ ਧਿਆਨ ਚ ਲਿਆਂਦੀ ਜਾਂਦੀ ਹੈ ਤਾਂ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਏਗੀ ਠੀਕ ਹੈ ਸਰ ਇਹ ਸਨ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਜੋ ਕਿ ਦੀਵਾਲੀ ਦੇ ਮੌਕੇ ਤੇ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕਰ ਰਹੇ ਸਨ ਬਹੁਤ ਬਹੁਤ ਧੰਨਵਾਦ ਸਰ